ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਆ ਥੰਬਨੇਲ ਦੇਖ ਰਹੇ ਹੋ ETT 635 ETTs ਸਕਰੂਟੀ ਵਿੱਚ ਅੱਜ ਕੀ ਕੀ ਹੋਇਆ ਦੇਖੋ ਪੂਰੀ 올 ਪ੍ਰੋਸੈਸ ਮਤਲਬ ਅੱਜ ਕੁਝ ਬੱਚਿਆਂ ਦੀ ਸਕਰੂਟੀ ਸੀ ਠੀਕ ਹੈ ਜੀ ਉਹਦੇ ਵਿੱਚ ਅੱਜ ਕੀ ਕੀ ਹੋਇਆ ਉਹ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਦੱਸੂਗਾ ਕਿਹੜੇ ਕਿਹੜੇ ਡਾਕੂਮੈਂਟਸ ਬੱਚਿਆਂ ਨੂੰ ਚਾਹੀਦੇ ਸੀ ਕਿਹੜੇ ਕਿਹੜੇ ਰਿਜੈਕਟ ਹੋਏ ਕਿਹੜੇ ਕਿਹੜੇ ਡਾਕੂਮੈਂਟ ਬੱਚੇ ਨਹੀਂ ਲੈ ਕੇ ਗਏ ਕੀ ਕੀ ਹੋਇਆ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਦੱਸੂਗਾ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਸਾਡੇ YouTube ਚੈਨਲ ਤੇ ਫਸਟ ਟਾਈਮ ਚੈਨਲ ਨੂੰ ਵਿਜ਼ਿਟ ਕੀਤਾ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੱਸ ਵੀਡੀਓ ਨੂੰ ਵੀ ਲਾਈਕ ਕਰਨਾ ਫੋਰ ਫਿਊਚਰ ਅਪਡੇਟਸ ਤਾਂ ਚਲੋ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਜਿਵੇਂ ਤੁਹਾਨੂੰ ਪਤਾ ਅੱਜ ਪਹਿਲਾ ਦਿਨ ਸੀ ਸਕਰੂਟੀ ਦਾ ਕਾਫੀ ਬੱਚੇ ਗਏ ਸੀ ਨੀਅਰ ਅਬਾਊਟ 1000 ਤੋਂ 1500 ਬੱਚਾ ਸੀਗਾ ਉੱਥੇ 12 ਰੂਮ ਲੱਗੇ ਸੀ ਕੈਟਾਗਰੀ ਵਾਈਜ਼ ਉੱਥੇ ਸਾਹਮਣੇ ਜਿੱਦਾਂ ਕਹ ਲਓ ਤੁਸੀਂ ਸਿਟਿੰਗ ਪਲਾਨ ਹੁੰਦਾ ਉੱਦੀ ਉੱਥੇ ਦੱਸ ਦਿੰਦੇ ਕਿ ਕਿਹੜਾ ਰੂਮ ਕਿਹੜੀ ਕੈਟਾਗਰੀ ਦਾ ਹੈ ਉਹਦੇ ਵਿੱਚ ਬੱਚੇ ਜਾ ਰਹੇ ਸੀ ਆਪਣੇ ਆਪਣੀ ਡਾਕੂਮੈਂਟਸ ਲੈ ਕੇ ਪਹਿਲੇ ਤਾਂ ਜਿਹੜੇ ਇਹਨਾਂ ਨੇ ਤੁਹਾਨੂੰ ਵੈਬਸਾਈਟ ਤੇ ਦੱਸਿਆ ਸੀ ਹੈ ਕਿ ਇਹ ਇਹ ਫਾਰਮ ਤੁਹਾਡੇ ਅਪਲੋਡ ਹੋਣੇ ਹਨ ਉਸ ਤੋਂ ਇਲਾਵਾ ਵੀ ਤੁਸੀਂ ਫਾਰਮ ਅਪਲੋਡ ਕਰਨੇ ਸੀ ਕਿਹੜੇ ਕਿਹੜੇ 12th ਦਾ ਇਹਨਾਂ ਨੇ ਨਹੀਂ ਕਿਹਾ ਸੀ ਉਹ ਵੀ ਤੁਸੀਂ ਅਪਲੋਡ ਕਰਨਾ ਸੀਗਾ ਠੀਕ ਹੈ ਜਦ ਕਿ ਇਹਨਾਂ ਨੇ ਨਹੀਂ ਕਿਹਾ ਸੀ ਉੱਥੇ ਕਹਿ ਰਹੇ ਸੀ ਕਿ ਤੁਹਾਡਾ ਸਟ ਫਾਰਮ ਜਿਹੜਾ ਅਪਲੋਡ ਹੋਣਾ ਹੈ ਅਗਰ ਕਿਸੇ ਨੇ ਨਹੀਂ ਕੀਤੇ ਸਾਰੀ ਇੱਕ ਬਣਾਓ ਤੁਸੀਂ ਪਹਿਲੇ ਜਿਹੜੇ ਇਨਸਪੈਕਸ਼ਨ ਪਰਫਾਰਮ ਹੈ ਤੁਸੀਂ ਜਿਹੜੀ ਪੂਰੀ ਫਾਈਲ ਬਣਾਈ ਹੈ ਨਾ ਆਪਣੇ ਡਾਕੂਮੈਂਟਸ ਦੀ ਉਹਨੂੰ ਹੀ ਪੂਰੀ ਨੂੰ ਸਕੈਨ ਕਰਕੇ ਤੁਸੀਂ ਉਹਨਾਂ ਨੂੰ ਰਿਵਾਈਜ਼ਡ ਆਪਣਾ ਲਿਖ ਲਓ ਫਾਰਮ ईटीटीडी ਫਾਰਮ ਜਿਹੜਾ ਵੀ ਤੁਹਾਡਾ ਤੁਸੀਂ ਦਾ ਮੇਲ ਸੈਂਡ ਕੀਤੀ ਹੋਈ ਹੈ ਉਹਨਾਂ ਨੂੰ ਅਗੇਨ ਮੇਲ ਸੈਂਡ ਕਰ ਤੋਂ ਕਿਤੇ ettd6435@gmail.com ਪਹਿਲੀ ਗੱਲ ਦੂਸਰੀ ਗੱਲ ਜਿਹੜੇ ਵੀ ਤੁਹਾਡੇ ਸਰਟੀਫਿਕੇਟਸ ਹੈਗੇ ਸਾਰਿਆਂ ਨੂੰ ਲੈ ਕੇ ਜਾਣਾ ਹੈ ਜ਼ਿਆਦਾ ਜਿਹੜਾ ਪ੍ਰੋਬਲਮ ਆ ਰਹੀ ਸੀ ਉੱਥੇ ਪ੍ਰੋਬਲਮ ਇਹ ਆ ਰਹੀ ਸੀ ਕਿ ਜਿਹੜੇ ਐਕ ਸਰਵਿਸਮੈਨ ਬੱਚੇ ਆ ਉਹਨਾਂ ਦਾ ਕੋਈ ਸਰਟੀਫਿਕੇਟ ਐਲਡੀਸੀ ਕੁਛ ਇਦਾਂ ਦਾ ਸਰਟੀਫਿਕੇਟ ਅਸਿਆ ਸੀ ਉਹਨਾਂ ਨੇ ਐਲਐਸਐਮ ਉਹਦਾ ਚੱਕਰ ਪੈ ਰਿਆ ਸੀ ਸੋ ਉਹ ਆਪਣਾ ਜਿਹੜੇ ਐਕਸ ਸਰਵਿਸਮੈਨ ਬੱਚੇ ਹੈਗੇ ਆ ਕੋਟੇ ਨੂੰ ਬਿਲੋਂਗ ਕਰਦੇ ਆ ਉਹ ਆਪਣਾ ਇਹ ਸਰਟੀਫਿਕੇਟ ਵੈਰਾ ਹੈਗਾ ਇਹਨੂੰ ਪ੍ਰੋਪਰ ਕੰਪਲੀਟ ਕਰ ਲੈਣ ਅਗਰ ਕੋਈ ਵੈਲਿਡਿਟੀ ਵੈਰਾ ਜੋ ਵੀ ਇਹਨਾਂ ਦਾ ਐਕਸਪਾਇਰੇਸ਼ਨ ਪੀਰੀਅਡ ਹੁੰਦਾ ਹੈ ਉਹ ਦੇਖ ਲੈਣ ਥੋੜਾ ਬਸ ਇਹਦੀ ਪ੍ਰੋਬਲਮ ਆ ਰਹੀ ਸੀ ਬਾਕੀ ਬੱਚਿਆਂ ਦੀ ਸਕਰੂਟੀ 올ਓਵਰ ਠੀਕ ਗਈ ਇੱਕ ਹੋਰ ਇੱਕ ਪ੍ਰੋਬਲਮ ਜਿਹੜੀ ਆ ਰਹੀ ਸੀ ਉਹਨਾਂ ਨੂੰ ਸਮਝਣ ਵਿੱਚ ਕਿ ਕਾਫੀ ਬੱਚੇ ਹੁਣ ਹੈਗੇ ਦੇਖੋ ਹਰੇਕ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਐਜੂਕੇਸ਼ਨ ਪ੍ਰਾਪਤ ਨਹੀਂ ਕੀਤੀ ਹੋਈ ਮੈਂ ਖੁਦ ਆਪਣੀ ਗੱਲ ਕਰਾਂ ਮੈਂ ਖੁਦ ਸੀਬੀਐਸਸੀ ਤੋਂ ਪੜਿਆ ਹੋਇਆ ਹਾਂ ਮਤਲਬ ਸੀਬੀ ਉਹਨੋਂ ਤੇ ਇੱਕ ਬੱਚਾ ਸੀਗਾ ਉਹਦੇ ਸਕਰੂਟਨੀ ਸੀ ਉੱਥੇ ਐਕਚੁਅਲੀ ਜਿਹੜੇ ਬੰਦੇ ਤੁਹਾਨੂੰ ਵੀ ਪਤਾ ਮਾਤਲਗਰੀ ਬੈਠੇ ਹੁੰਦੇ ਇਹਨਾਂ ਨੂੰ ਕਿਹਨਾਂ ਨੂੰ ਨਹੀਂ ਇਨਫੋਰਮੇਸ਼ਨ ਨਹੀਂ ਹੁੰਦੀ ਉੱਥੇ ਐਕਚੁਅਲੀ ਬੱਚੇ ਨੇ CBSE ਬੋਰਡ ਤੋਂ ਪੰਜਾਬੀ ਪਾਸ ਕੀਤੀ ਸੀ ਬਟ ਦੇ ਸੈੱਡ ਕਿ ਇਹ ਬੱਚੇ ਨੇ ਪੰਜਾਬੀ ਕਿਦਾਂ CBSE ਤੋਂ ਬੋਰਡ ਤੋਂ ਪਾਸ ਕਰ ਲਈ ਇਹਦੇ ਵਿੱਚ ਹੁੰਦੀ ਨਹੀਂ ਹੈ ਐਡੀਸ਼ਨਲ ਸਬਜੈਕਟ ਲੈਣਾ ਪੈਣਾ ਸੋ ਆਨ ਐਸਾ ਕੁਝ ਸੀਗਾ ਉੱਥੇ ਠੀਕ ਹੈ ਜਦਕਿ 올ਓਵਰ ਜਿਹੜੇ ਵੀ ਪੰਜਾਬ ਦੇ ਵਿੱਚ ਸਪੈਸ਼ਲੀ CBSE ਅਫਲੀਟਡ ਸਕੂਲ ਹੈ ਕਾਫੀ ਸਕੂਲਸ ਇਦਾਂ ਦੇ ਨੇ ਜਿਨ੍ਹਾਂ ਨੇ ਪੰਜਾਬੀ 10th ਵੀ ਸਬਜੈਕਟ ਕੰਪਲਸਰੀ ਰਖਾਇਆ ਹੋਇਆ ਵੈਸਟ ਆਲਓਵਰ ਹੁੰਦਾ ਹੀ ਆ ਪੰਜਾਬ ਦੇ ਵਿੱਚ ਸੋ ਇਹ ਕਾਫੀ ਬੱਚਿਆਂ ਨੂੰ ਪ੍ਰੋਬਲਮ ਆਈ ਜਿਹੜੀ ਮੇਰੇ ਦੋ ਤਿੰਨ ਬੱਚਿਆਂ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਤੋਂ ਇਹ ਪ੍ਰੋਬਲਮ ਆਈ ਬਾਕੀ ਆਲਓਵਰ ਸਕਰੂਟੀਨਿੰਗ ਪ੍ਰੋਸੈਸ ਠੀਕ ਗਈ ਕੋਈ ਵੀ ਤੁਹਾਡੀ ਉੱਤੇ ਫਾਈਲ ਵਾ ओरिजिनल ਨਹੀਂ ਰੱਖਦੇ ਪਏ ਤੁਹਾਨੂੰ ओरिजिनल ਡਾਕੂਮੈਂਟ ਦਿੰਦੇ ਪਏ ਜਿਹੜੀ ਤੁਸੀਂ ਫਾਈਲ ਬਣਾ ਕੇ ਗਏ ਹੋ ਇਨਸਪੈਕਸ਼ਨ ਪਰਫਾਰਮੇ ਵਾਲੀ ਉਹ ਤੁਹਾਡੀ ਫਾਈਲ ਉੱਤੇ ਰੱਖਦੇ ਪਏ ਐ ਬਾਕੀ ਤੁਹਾਡੇ ਸਾਰੇ ਡਾਕੂਮੈਂਟਸ ਸਾਨੂੰ ਦਿੰਦੇ ਪਏ ਐ ਤਾਂ ਬਾਕੀ 올ਓਵਰ ਸਾਰੇ ਬੱਚਿਆਂ ਦੇ ਡਾਕੂਮੈਂਟਸ ਨੂੰ ਪਤਾ ਕੰਪਲੀਟ ਹੀ ਹੋਣੇ ਆ ਕਾਫੀ ਜ਼ਿਆਦਾ ਟਾਈਮ ਤੋਂ ਵੇਟ ਕਰਦੇ ਪਏ ਸੀ ਬੱਚੇ ਤਾਂ ਡਾਕੂਮੈਂਟਸ ਸਾਰੇ ਨੇ ਕੰਪਲੀਟ ਕਰਾ ਲਏ ਸੀਗੇ ਤਾਂ ਬਾਕੀ ਕਾਫੀ ਬੱਚਾ ਨੂੰ ਪ੍ਰੋਬਲਮ ਇਸ ਜਾ ਰਹੀ ਹੈ ਜਿੱਦਾਂ ਮੈਨੂੰ ਇੱਕ ਦੋ ਕਿਊਰੀਜ਼ ਆਈਆਂ ਕਿ ਜਿੱਦਾਂ ਮੈਂ ਗਰਲਸ ਦੀ ਗੱਲ ਕਰਦਾ ਗਰਲਸ ਦੀ ਜਿੱਦਾਂ ਲਾ ਲਓ ਕਿ ਬੱਚਾ ਐਸੇ ਕੈਟਾਗਰੀ ਦਾ ਹੈ ਠੀਕ ਹੈ ਐਸੇ ਕੈਟਾਗਰੀ ਦਾ ਬੱਚਾ ਹੈ ਉਹਨੇ ਮੈਰिज ਕਰਾ ਲਈ BC ਕੈਟਾਗਰੀ ਵਿੱਚ ਤਾਂ ਹੁਣ ਉਹਨੇ ਜਿਹੜੀ ਪੋਸਟ ਹੈ BC ਕੈਟਾਗਰੀ ਵਿੱਚ ਭਰੀ ਹੋਈ ਹੈ ਅਤੇ ਉਧਰਲੀ ਸਾਈਡ ਤੋਂ ਮਤਲਬ ਹਸਬੰਡ ਵਾਲੀ ਸਾਈਡ ਤੋਂ ਫਾਦਰ ਵਾਲੀ ਸਾਈਡ ਤੋਂ ਨਹੀਂ ਹੁਣ ਫਾਦਰ ਵਾਲੀ ਸਾਈਡ ਐਸਸੀ ਕੈਟਾਗਰੀ ਹੈ ਉਧਰਲੀ ਸਾਈਡ ਹੈਗੀ ਜੀ ਉਹਦੀ ਬੀਸੀ ਕੈਟਾਗਰੀ ਹੁਣ ਉਹਦੀ ਕੈਟਾਗਰੀ ਕਿਹੜੀ ਚੱਲੂਗੀ ਐਸਸੀ ਚੱਲੂਗੀ ਜਾਂ ਬੀਸੀ ਚੱਲੂਗੀ ਦੇਖੋ ਜੀ ਉਹ ਬੱਚੇ ਦੀ ਕੈਟਾਗਰੀ ਜਿਹੜੀ ਉਹਨੂੰ ਫਾਰਮ ਦੇ ਵਿੱਚ ਫਿਲ ਕੀਤੀ ਹੋਈ ਹੈ ਅਕੋਰਡਿੰਗ ਟੂ ਅਵਰ ਰੂਲ ਦੇਖੀਏ ਤਾਂ ਉਹਨਾਂ ਦੀ ਕੈਟਾਗਰੀ ਬੀਸੀ ਹੀ ਚਲਣੀ ਚਾਹੀਦੀ ਬਿਕਾਜ਼ ਉਹਨਾਂ ਨੇ ਪੇਪਰ ਵਿੱਚ ਬੀਸੀ ਹੀ ਫਿਲ ਕੀਤਾ ਹੋਇਆ ਹੈ ਤਾਂ BC ਕੈਟਾਗਰੀ ਦਾ ਸਰਟੀਫਿਕੇਟ ਵੈਰਾ ਉਹਨਾਂ ਕੋਲ ਹੋਣਾ ਚਾਹੀਦਾ ਹੈ ਬਾਕੀ ਡਾਕੂਮੈਂਟਸ ਦਾ ਆਲਓਵਰ ਸਾਰੇ ਕੰਪਲੀਟ ਹੀ ਹੁੰਦੇ ਆ ਬਾਕੀ ਕਿਹੜੇ-ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹੋ ਮੈਂ ਫਾਈਲ ਕਿੱਦਾਂ ਤਿਆਰ ਕਰਨੀ ਆਲਰੇਡੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਯੂ ਕੈਨ ਵਾਚ 댓 ਵੀਡੀਓ ਜਦੇ ਵਿੱਚ ਮੈਂ ਪੂਰਾ ਦੱਸਿਆ ਹੋਇਆ ਕਿਹੜੇ-ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਆ ਠੀਕ ਹੈ ਜੀ ਕਿਹੜੇ-ਕਿਹੜੇ ਜ਼ਰੂਰੀ ਹੈ ਪੰਜਾਬ ਡੋਮਿਸਾਈਲ ਦਾ ਵੀ ਕਾਫੀ ਜ਼ਰੂਰੀ ਸਰਟੀਫਿਕੇਟ ਹੈ ਫॉर ਸਪੈਸ਼ਲੀ ਪੰਜਾਬ ਕੈਂਡੀਡੇਟਸ ਇਫ ਯੂ ਬਿਲੋਂਗ ਟੂ ਅਦਰ ਸਟੇਟ ਥੈਨ ਪੰਜਾਬ ਡੋਮਿਸਾਈਲ ਦੀ ਕੋਈ ਲੋੜ ਤਾਂ ਬਾਕੀ ਮੇਨ ਡਾਕੂਮੈਂਟ ਜਿਹੜੇ ਤੁਹਾਡੇ ਹੈਗੇ ਆ ਦਾ ਕੈਟਾਗਰੀ ਸਰਟੀਫਿਕੇਟ ਮੇਨ ਮੇਨ ਹੋ ਗਿਆ 10th ਦਾ ਹੋ ਗਿਆ 12th ਦਾ ਹੋ ਗਿਆ ਗ੍ਰੈਜੂਏਸ਼ਨ ਦਾ ਡਿਗਰੀ ਪਲੱਸ ਡੀਐਮਸੀ ਈਟੀਟੀ ਦਾ ਗ੍ਰੈਜੂਏਸ਼ਨ ਪਲੱਸ ਡੀਐਮਸੀ ਇਹ ਮੇਨ ਤੁਹਾਡੇ ਡਾਕੂਮੈਂਟਸ ਜਿਹੜੇ ਹੋਣੇ ਚਾਹੀਦੇ ਆ ਡੇਟ ਆਵਰ ਦਾ ਪ੍ਰੂਫ ਹੋ ਐਡੀਸ਼ਨਲ ਪੰਜਾਬੀ ਦਾ ਪ੍ਰੂਫ ਐਡੀਸ਼ਨਲ ਪੰਜਾਬੀ ਦਾ ਕੋਈ ਐਡੀਸ਼ਨਲ ਪ੍ਰੂਫ ਨਹੀਂ ਹੈ 10ਵੀਂ ਚ ਅਗਰ ਤੁਸੀਂ ਕੀਤੀ ਹੋਈ ਆ ਉਹਦੇ ਹੀ ਦੋ ਵਾਰ ਤੁਸੀਂ ਫੋਟੋਕਾਪੀ ਲਾ ਦਿਓ ਚੱਲੂਗਾ ਤਾਂ ਐਸੀ ਪੂਰੀ ਪ੍ਰੋਸੈਸ ਬਾਕੀ ਪਰਫਾਰਮ ਵਗੈਰਾ ਕਿੱਦਾਂ ਤੁਸੀਂ ਫਿਲ ਕਰਨੇ ਆ ਸਾਰਾ ਕੁਝ ਮੈਂ ਦੱਸਿਆ ਹੋਇਆ ਉਹ ਪਰਫਾਰਮ ਹੀ ਫਿਲ ਟਾਡਾ ਡਾਊਟ ਹੈ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਕਲੈਰੀਫਾਈ ਕੀਤਾ ਹੋਏ ਤਾਂ ਤੁਸੀਂ ਉਹਨੂੰ ਸਾਨੂੰ WhatsApp ਤੇ ਮੈਸੇਜ ਕਰ ਦਿਓ ਤਾਂ ਐਸ ਸੂਨ ਐਸ ਪੋਸੀਬਲ ਮੈਂ ਤੁਹਾਨੂੰ ਰਿਪਲਾਈ ਕਰ ਦਵਾਂਗਾ ਤਾਂ ਬਾਕੀ ਅਡਰੈਸਡਾ ਉਹੀ ਹੈ ਜਿਹੜੇ ਤੇ ਤੁਹਾਡੀ ਸਕਰੂਟੀ ਵੈਰਾ ਹੁੰਦੀ ਹੈ Microsoft ਬਿਲਿੰਗ ਬਿਲਡਿੰਗ ਫੇਜ਼ 8 ਮੁਹਾਲੀ ਠੀਕ ਹੈ ਜੀ ਉਹੀ ਤੁਹਾਡਾ ਪ੍ਰੋਪਰ ਲੋਕੇਸ਼ਨ ਹੈ ਤਾਂ ਬਾਕੀ ਸਕਰੂਟੀ ਵੈਰਾ ਠੀਕ ਹੈ ਡਾਕੂਮੈਂਟਸ ਵੈਰਾ ਤੁਹਾਡੇ ਉੱਥੇ ਚੈੱਕ ਕਰਦੇ ਪਏ ਐ ਟੀਮਾਂ ਵੈਰਾ ਲੱਗੀਆਂ ਹੋਈਆਂ ਤਾਂ ਬਾਕੀ ਹੋਰ ਕੋਈ ਅਦਰ ਇਨਫੋਰਮੇਸ਼ਨ ਚਾਹੀਦੀ ਹੈ ਰਿਗਾਰਡਿੰਗ ਸਕਰੂਟੀ ਉਹ ਪੁੱਛ ਲੈਣਾ ਤਾਂ ਬਾਕੀ ਸਕਰੂਟੀ ਦੀ ਟੈਨਸ਼ਨ ਨਹੀਂ ਲੈਣੀ ਸਾਰੇ ਬੱਚਿਆਂ ਦੀ ਸਕਰੂਟੀ ਠੀਕ ਜਾ ਰਹੀ ਹੈ ਬਸ ਇਹ ਹੈ ਟਾੜੇ ਡਾਕੂਮੈਂਟ ਕੰਪਲੀਟ ਹੋਣੇ ਚਾਹੀਦੇ ਅਗਰ ਕਿਸੇ ਦੀ ਕਰੈਕਸ਼ਨ ਵੈਰਾ ਹੋਏ ਉਹਦਾ ਥੋੜਾ ਦੇਖ ਲੈਣਾ ਜਿੱਦਾਂ ਕਿਆਂ ਦਾ 10ਵੀਂ ਦੇ ਸਰਟੀਫਿਕੇਟ ਵਿੱਚ ਫਾਦਰ ਨੇਮ ਜਾਂ ਮਦਰ ਨੇਮ ਵਿੱਚ ਕੁਝ ਪੰਜਾਬੀ ਚ ਨਾਮ ਗਲਤ ਹੁੰਦਾ ਕਿਆਂ ਦਾ ਕੋਈ ਕਰਦਾ ਵਰਡ ਮਿਸਿੰਗ ਹੁੰਦਾ ਉਹ ਥੋੜਾ ਧਿਆਨ ਦੇਣਾ ਲੈ ਤੁਸੀਂ ਤਾਂ ਬਾਕੀ 올ਓਵਰ ਜਿਹੜੀ ਸਕਰੂਟੀ ਪ੍ਰੋਸੈਸ ਹੈ ਠੀਕ ਹੈ ਜੀ ਕੰਫਰਟੇਬਲ ਜਾ ਰਹੀ ਹੈ ਬੱਚਿਆਂ ਦੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਕਿ ਡਾਕੂਮੈਂਟ ਹੈ ਨਹੀਂ ਜਾਂ ਇਹ ਨਹੀਂ ਆਉਣੀ ਇਦਾਂ ਦਾ ਕੁਝ ਨਹੀਂ ਹੈ 올ਓਵਰ ਸਾਰੀ ਪ੍ਰੋਸੈ ਵੀਡੀਓ ਨੂੰ ਸ਼ੇਅਰ ਕਰਨਾ ਅਦਰ ਫਰੈਂਡਸ ਨਾਲ ਬਿਕੋਜ਼ ਇਹ ਜਿਹੜੀ ਮੈਂ ਜਾਣਕਾਰੀ ਢਾਣਾ ਸ਼ੇਅਰ ਕੀਤੀ ਹੈ ਉਹਨਾਂ ਕੈਂਡੀਡੇਟਸ ਦੀ ਇਨਫੋਰਮੇਸ਼ਨ ਲਈ ਹੈ ਜਿਹੜੇ ਸਕਰੂਟੀ ਵਾਸਤੇ ਗਏ ਸੀਗੇ ਸੋ ਇਨ ਫਿਊਚਰ ਜੀਨਾ ਬਾਕੀ ਬੱਚਿਆਂ ਦੀ ਸਕਰੂਟੀ ਹੋਣੀ ਆ ਉਹਨਾਂ ਨੂੰ ਕੀ ਪ੍ਰੋਬਲਮ ਨਾ ਆਏ ਇਹ ਮੇਨ ਮੇਨ ਗੱਲਾਂ ਮੈਂ ਤੁਹਾਨੂੰ ਦੱਸਦੀਆਂ ਕਿ ਸਾਰੇ ਆਪਣੀ ਡਾਕੂਮੈਂਟਸ ਲੈ ਜਿਓ ਕੋਈ ਡਾਕੂਮੈਂਟ ਅਧੂਰਾ ਨਾ ਛੱਡਿਓ ਜਿਹੜੇ ਉਹਨਾਂ ਨੇ ਉੱਥੇ ਕੇ ਹੋਇਆ ਉਹ ਤਾਂ ਠੀਕ ਹੈ ਲੇਕਿਨ ਵੀ 12 ਦਾ ਵੀ ਐਡ ਕਰਦੇ ਹੋ ਸਰਟੀਫਿਕੇਟ 8TT ਵਿੱਚ ਜਿਹੜਾ ਇਹਨਾਂ ਨੇ ਵੈਬਸਾਈਟ ਤੇ ਪਾਇਆ ਸੀ ਉੱਤੇ 12 ਦੇ ਸਰਟੀਫਿਕੇਟ ਦਾ ਕਿਤੇ ਨਾਂ ਜਦ ਕਿ ਇਹਨਾਂ ਨੇ ਵੈਬਸਾਈਟ ਤੇ ਹੀ ਉਹਦਾ ਅਪਲੋਡ ਕੀਤਾ ਤੇ ਬੱਚ ਨੇ ਤਾਂ ਫਾਈਲ ਉਹਦੇ ਅਕੋਰਡਿੰਗ ਬਣਾਣੀ ਜੋ ਵੈਬਸਾਈਟ ਤੇ ਅਪਲੋਡ ਹੈ ਬਟ ਫਿਲਹਾਲ ਫਿਰ ਤੁਸੀਂ ਉਹ ਲਾ ਲੈਣਾ ਉਹਦੇ ਵਿੱਚ ਸੋ ਡੈਟ ਤੁਹਾਨੂੰ ਉੱਥੇ ਪ੍ਰੋਬਲਮ ਨਾ ਆਏ ਤਾਂ ਬਾਕੀ ਸਾਰੀ ਪ੍ਰੋਸੈਸ ਮੈਂ ਤਾਂ ਨੈਕਸਟ ਸਪਲੈਨ ਕਰੀ ਦਿੱਤੀ ਹੈ ਫਿਲਹਾਲ ਫਿਰ ਵੀ ਕੋਈ ਡਾਊਟ ਜਾਂ ਕੁਰੀ ਹੁੰਦਾ ਹੈ ਯੂ ਕੈਨ ਆਲਸੋ ਟੈਲ ਅਸ ਬਾਕੀ ਮੈਂ ਤੁਹਾਨੂੰ ਵਟਸਐਪ ਤੇ ਰਿਪਲਾਈ ਕਰ ਦੂੰਗਾ ਬਾਕੀ ਵੀਡੀਓ ਨੂੰ ਜ਼ਰੂਰ ਜਿਆਦਾ ਜਿਆਦਾ ਸ਼ੇਅਰ ਕਰਨਾ ਗਰੁੱਪਸ ਵੈਰਾ ਵਿੱਚ ਸੋਸ਼ਲ ਮੀਡੀਆ ਤੇ ਬਿਕੋਜ਼ ਹੋਰ ਵੀ ਤਾਂ ਦੇ ਵਰਗੇ ਨੀਡੀ ਫਰੈਂਡਸ ਹੈਗੇ ਆ ਜਿਨ੍ਹਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਬਿਕੋਜ਼ ਕੁਝ ਫਰੈਸ਼ਰਸ ਵੀ ਆ ਗਏ ਹੈ ਜਿਨ੍ਹਾਂ ਨੇ ਦਾ ਈਟੀਟੀ 2344 ਦੀ ਸਕਰੂਟੀ ਫੇਸ ਕੀਤੀ ਹੋਈ ਹੈ ਉਹਨਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਸਾਰਾ ਪਤਾ ਹੈ ਅਗਰ ਆਪਾਂ ਗੱਲ ਕਰੀਏ ਈਟੀਟੀ 2344 ਦੀ ਉਹਦੇ ਵਿੱਚ ਜੋ ਸਕਰੂਟੀ ਦਾ ਪ੍ਰੋਸੈਸ ਸੀ ਉਹਦੇ ਨਾਲ ਇਹ ਪ੍ਰੋਸੈਸ ਥੋੜਾ ਢਿਲਾ ਢਿਲਾ ਕਹ ਲੋ ਕਿ ਉੱਥੇ ਜ਼ਿਆਦਾ ਮਤਲਬ ਗੌਰ ਨਾਲ ਚੈੱਕ ਕਰਦੇ ਸੀ ਇਹਦੇ ਵਿੱਚ ਨਹੀਂ ਗੌਰ ਨਾਲ ਨਹੀਂ ਸਰਟੀਫਿਕੇਟ ਵੈਰਾ ਚੈੱਕ ਕਰਦੇ ਪਏ ਉ ਜਿਹੜੀ 2300 ਚੋਣ ਦੀ ਹੋਈ ਸੀ ਬਟ ਇਹ ਜਿਹੜੀ ਅਜੇ ਸਕਰੂਟੀ ਨਹੀਂ ਹੋਈ ਹੈ ਪਹਿਲੇ ਉਹਦੇ ਵਿੱਚ ਇੰਨਾ ਇਹਨਾਂ ਨੇ ਗੌਰ ਨਹੀਂ ਕੀਤੀ ਤਾਂ ਬਾਕੀ ਕੋਈ ਗੱਲ ਨਹੀਂ ਡਾਕੂਮੈਂਟ ਹੁਣ ਤਾਂ ਸਾਰਿਆਂ ਦਾ ਕੰਪਲੀਟ ਹੈ ਕਾਫੀ ਟਾਈਮ ਹੋ ਗਿਆ ਬੱਚਿਆਂ ਨੂੰ ਵੇਟ ਕਰਦੇ ਤਾਂ ਬਾਕੀ ਸਾਰਿਆਂ ਨੂੰ ਬੈਸਟ ਵਿਸ਼ੇਸ ਸਕਰੂਟੀ ਲਈ ਬਾਕੀ ਕੋਈ ਅਦਰ ਨੀਡ ਜਾਂ ਹੈਲਪ ਦੀ ਲੋੜ ਪੇ ਯੂ ਕੈਨ ਆਲਸੋ ਕੰਟੈਕਟ ਅਸ ਐਂਡ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ ਐਂਡ ਫਾਰ ਯੋਰ ਵੈਲੇਬਲ ਟਾਈਮ